a South Asian Canadian channel. कैलिफोर्निया च वसदे एक ओल्ड कपल ने इल्जाम लाया कि उन्होंने डॉटर इन लॉ ने एक बड़ा नैगेटिव रोल प्ले किया है कि उन्होंने जिहड़े बेटे की मौत हुई है कि ना कि वो अपनी डॉटर इन लॉ जी नवांशहर तो बिलोंग करती है तो इस टाइम जी है यूएसए च हैगी है वो तो इल्जाम है कि उन्हें कोई नैगेटिव रोल तो कितना कि काफ़ी अहम भूमिका निभाई है उन्होंने बेटे का जिहड़ा सुसाइड है या तुसीं कह सकते हो प्लैंड मर्डर है कुछ भी कह नहीं सकते क्योंकि इस टाइम पुलिस की तहकीकात जी चलती पई है असी गलबात करांगे इसी बारे क्योंकि ये मामला जिहड़ा काफ़ी पचीदा लगता है जब असी देखते हैं सारा माहौल इस टाइम फ्रॉड मैरिजेज़ नूं लैके काफ़ी ज़्यादा गरमाया हुआ है तो ये जिहड़ा मामला है पूरा दा पूरा जिहड़ा सोनिया नाम की इस महिले दे उत्ते पेरेंट्स ने जिहड़े फादर इन लॉ ते मदर इन लॉ ने इल्जाम लाया ना तुसीं उन्हां दे बड़े ब्रदर हो जिन्हां ने कि जिन्हां दी डैथ हुई है। हाँ जी हाँ जी मैं उन्हां दा वड्डा भरा आ जी अही जदों सानूं इहनां दा पता लगा वी आह चीज़ होई आ जिहड़े कि इन्होंने कुछ नहीं जाने के सानू दस्या है ना पता लगा भी जाने के कोई इन्होंने सानू प्रूफ दिता भी अपने तलाक का ना कोई गल की जब मेरे भरा पता लगा दोबारा इतने ने आके ब्याह कराया पहला बड़ा सोहना सही चलता पाया जी कोई चक्कर नहीं गलबात कोई गल नहीं बिच लॉकडाउन लग गया चलो मम्मी डैडी भी इतने आए थे चल इन्होंने कोई बह के गल कर लेंगे इन्होंने जाने के पहले ही प्लान बनाया जी सारा कुछ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਪਾਸਪੋਰਟ ਦਾ ਜਿਹੜਾ ਮੁੰਡੇ ਦਾ ਉਹਦੇ ਤੇ ਟੈਂਪਰਿੰਗ ਹੋਈ ਸੀ ਕੁੜੀ ਵੱਲੋਂ ਉਸ ਤੇ ਬਾਅਦ ਮੁੰਡਾ ਜਾ ਨਹੀਂ ਪਾਇਆ ਸੀ ਤੇ ਉਸ ਕਿਉਂਕਿ ਉਹ ਜਾ ਨਹੀਂ ਪਾਇਆ ਸੀ ਫਿਰ ਜਿਹੜੀ ਕੁੜੀ ਇੱਥੇ ਆਈ ਸੀ ਨਵਾਂ ਸ਼ਹਿਰ ਆਈ ਸੀ ਉਹ ਇਹਨੂੰ ਮਿਲੀ ਨਹੀਂ ਉਹ ਚੋਰੀ ਵਿਆਹ ਕਰਾ ਕੇ ਗਈ ਆ ਉਹ ਜੀ ਉਹ ਬਾਅਦ ਸਾਨੂੰ ਪਤਾ ਲੱਗਾ ਟਿਕਟੌਕ ਤੋਂ ਕੋਈ ਇਹਨਾਂ ਦੇ ਬੱਚਾ ਸੀਗਾ ਫੈਮਿਲੀ 'ਚ ਤੇ ਕੁੜੀ ਨੇ ਸੈਕਿੰਡ ਮੈਰਿਜ ਕਰਾ ਲਈ ਤੇ ਪੁਲਿਸ ਜਿਹੜੀ ਹੈ ਇਸ ਟਾਈਮ ਤੁਹਾਨੂੰ ਇੰਨਾ ਸਪੋਰਟ ਨਹੀਂ ਕਰਦੀ ਨਹੀਂ ਕੁਛ ਨਹੀਂ ਕੁਛ ਨਹੀਂ ਕੀਤਾ ਜੀ ਕੁਛ ਨਹੀਂ ਕੀਤਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਉਹਨਾਂ ਖੁਸ਼ ਹਾਲਾਤਾਂ ਦੀ ਪਿਕਚਰ ਹੈਗੀ ਹੈ ਪਿੱਛੇ ਜਿਹਦੇ 'ਚ ਕਿ ਅਨਫੋਰਚੂਨੇਟਲੀ ਜਿਹੜਾ ਮੁੰਡਾ ਹੈਗਾ ਹੀ ਇਜ਼ ਨੋ ਮੋਰ ਹੀ ਹੈਜ਼ ਆਲਰੇਡੀ ਡਾਈਡ ਤੇ ਕੁੜੀ ਜਿਹੜੀ ਹੈ ਸੋਨੀਆ ਨਾਂ ਦੀ ਇਹ ਮਹਿਲਾ ਇਹਨੇ ਸੈਕਿੰਡ ਵਿਆਹ ਜਿਹੜਾ ਇਲੀਗਲੀ ਕਰਾ ਲਿਆ ਤੇ ਪੁਲਿਸ ਨਾਲ ਜਿਹੜੀ ਹੈ ਲਗਾਤਾਰ ਮੁੰਡੇ ਦੀ ਜਿਹੜੀ ਫੈਮਿਲੀ ਹੈ ਲਗਾਤਾਰ ਪ੍ਰੈਸ਼ਰ ਬਣਾ ਰਹੇ ਨੇ ਉਹਨੇ ਕੁੜੀ ਨੇ ਐਕਸ ਪਾਰਟੀ ਡਿਵੋਰਸ ਲਿਆ ਹੋਇਆ ਅਤੇ ਮੁੰਡੇ ਦੀ ਜਿਹੜੀ ਹੈ ਫੈਮਿਲੀ ਦੀ ਕੋਈ ਵੀ ਸੁਣਾਈ ਫਿਲਹਾਲ ਨਹੀਂ ਹੋ ਰਹੀ ਤਾਂ ਕਰਕੇ ਅੱਜ ਚੰਡੀਗੜ੍ਹ 'ਚ ਉਹਨਾਂ ਨੇ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਸਾਰਾ ਦਾ ਸਾਰਾ ਮਾਮਲਾ ਜਿਹੜਾ ਹੈ ਜ਼ੋਰ 'ਤੇ ਕਾਫੀ ਸੰਦਿਗਧ ਲੱਗਦਾ ਜਦੋਂ ਕਿ ਉਹਨੂੰ ਪਤਾ ਲੱਗਿਆ ਵੀ ਟਿਕਟੌਕ ਤੋਂ ਬੱਚੇ ਨੇ ਫੋਟੋਆਂ ਭੇਜ ਦੇਖੀਆਂ ਉਹਨੇ ਵੀ ਬੇਬੀ ਨੇ ਵਿਆਹ ਕਰਵਾ ਲਿਆ ਦੂਜਾ ਉਹਨੇ ਜਦਕਿ ਜ਼ਿਆਦਾ ਹੀ ਉਹ ਡਿਸਪੈਂਸਰੀ ਰਹਿਣ ਲੱਗ ਪਿਆ ਸੀ ਬਸ ਉਹ 15-20 ਦਿਨਾਂ ਦੇ ਵਿੱਚ ਹੀ ਉਹਨੇ ਆਪਣੇ ਧਮਕੀਆਂ ਉਹਨੂੰ ਦੇਣ ਲੱਗ ਪਿਆ ਜੇ ਇੱਦਾਂ ਕੀਤੀ ਇੱਦਾਂ ਕੀਤੀ ਇਹ ਪਤਾ ਨਹੀਂ ਕੋਈ ਜ਼ਿਆਦਾ ਆਪਣੇ ਮੈਂ ਰੋਪਰ ਰਹਿਣ ਲੱਗ ਪਿਆ ਮੈਂ ਵੀ ਇਹਨੂੰ ਕਿਹਾ ਕੋਈ ਗੱਲ ਨਹੀਂ ਯਾਰ ਹੁੰਦੇ ਨੇ ਤੂੰ ਕੋਈ ਗੱਲ ਨਹੀਂ ਉਹ ਚੱਲ ਗਏ ਤੂੰ ਵੀ ਵਿਆਹ ਕਰਾ ਲਈ ਤੁਹਾਡੇ ਕੋਲ ਕੀ ਪਰੂਫ ਹੈ ਕਿ ਉਹਨੇ ਸੈਕਿੰਡ ਮੈਰਿਜ ਕਰਾ ਲਿਆ ਸਾਡੇ ਕੋਲ ਪ੍ਰੂਫ ਫੋਟੋਆਂ ਸਾਡੇ ਕੋਲ ਆਈਆਂ ਜੋ ਤੁਸੀਂ ਪੁਲਿਸ ਨੂੰ ਸਾਰਾ ਇਹ ਦੱਸਿਆ ਪੁਲਿਸ ਨੇ ਕੋਈ ਨਹੀਂ ਕੁਛ ਵੀ ਕੀਤੀ ਇਹਨਾਂ ਨੇ ਕੋਈ ਵੀ ਜਾਣੀ ਕਿ ਪੁਲਿਸ ਨੇ ਕਈ ਕਪੂਰਥਲੇ ਵੀ ਜਾਂਦੇ ਨੇ ਸਾਡੇ ਡੈਡੀ ਨੇ ਉੱਥੋਂ ਬਾਹਰੋਂ ਗਏ ਕੀਤਾ ਵੀ ਇਹਨਾਂ ਇਹ ਉਹ ਸਾਨੂੰ ਗਏ ਕਹਿੰਦੇ ਵੀ ਉਹਨੇ ਇੱਕ ਤਰਫਾ ਇਹਨਾਂ ਕੇ ਤਲਾਕ ਲਿਆ ਤੁਸੀਂ ਹੁਣ ਅੱਗੇ ਕੀ ਪਲਾਨ ਕਰਦੇ ਹੋ ਅਸੀਂ ਇਹ ਪਲਾਨ ਕਰਦੇ ਸਾਡੇ ਭਰਾ ਨੂੰ ਅਸੀਂ ਸਾਹ ਮਿਲਣਾ ਚਾਹੀਦਾ ਜਿੱਦਾਂ ਕਿ ਆਹ ਇੱਕ ਹੋਰ ਅਸੀਂ ਤਾਂ ਹੁਣ ਕਦਮ ਚੱਕਿਆ ਕਿਉਂਕਿ ਸਾਨੂੰ ਪਿੱਤਾ ਨਹੀਂ ਇੱਕ ਜਿਹੜੀ ਆ ਆਪਣੇ ਕੀ ਨਾਂ ਉਹਦਾ ਫਿਰ ਵੀ ਆ ਜਿਹੜਾ ਕੇਸ ਨਿਕਲਿਆ ਹੁਣ ਲਵਪ੍ਰੀਤ ਦਾ ਲਵਪ੍ਰੀਤ ਦਾ ਘੱਟ ਆ ਇਹ ਸਾਡੇ ਨਾਲ ਸਭ ਤੋਂ ਜ਼ਿਆਦਾ ਕਿਉਂਕਿ ਇਹਨੂੰ ਜਦੋਂ ਪਤਾ ਲੱਗਾ ਮੇਰੇ ਭਰਾ ਨੂੰ ਉਹਨੇ ਸੁਸਾਈਡ ਕਰ ਲਿਆ ਮੈਂ ਸਾਰਾ ਜਦ ਦੇਖਿਆ ਮੈਂ ਪਹਿਲਾਂ ਮੈਂ ਦੁਪਹਿਰ ਨੂੰ ਗਿਆ ਤੇ ਮੈਨੂੰ ਕਹਿੰਦੇ ਯਾਰ ਤੇਰਾ ਭਰਾ ਇਹ ਗੱਲਾਂ ਕਰਦਾ ਪਿਆ ਇੱਥੇ ਕਹਿੰਦਾ ਮੇਰੀ ਘਰਵਾਲੀ ਨਾਲ ਮੇਰੀ ਗੱਲ ਨਹੀਂ ਹੁੰਦੀ ਪਈ ਜਾਣਕਿ ਡਿਸਪੈਂਸਰੀ ਬਹੁਤ ਜ਼ਿਆਦਾ ਰਹਿੰਦਾ ਪਿਆ ਸੀ ਉਹ ਇਹੀ ਦੇਖਦਾ ਮੈਨੂੰ ਚੋਰੀ ਇਹਨੇ ਵਿਆਹ ਕਰਾਇਆ ਤੇ ਕਰਾਇਆ ਕਿਉਂ ਬਸ ਕਹਿੰਦਾ ਮੈਨੂੰ ਦੱਸ ਕੇ ਕਰਾ ਦਿੰਦੀ ਇਹੀ ਗੱਲਾਂ ਕਰਦਾ ਸੀ ਬਸ ਉਹਨਾਂ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਬਸ ਇਹ ਵੀ ਜਿੱਦਾਂ ਉਹ ਲਵਪ੍ਰੀਤ ਵਾਂਗੂ ਰਿਪੋਰਟ ਕੀਤੀ ਜਾਵੇ ਇਹ ਵੀ ਰਿਪੋਰਟ ਕੀਤੀ ਜਾਵੇ ਬਸ ਸਾਡਾ ਇਹੀ ਆ ਬਸ ਇਹ ਵੀ ਰਿਪੋਰਟ ਕੀਤੀ ਜਾਵੇ ਹਾਂ ਅਰੈਸਟ ਹੋਵੇ ਔਰ ਰਿਪੋਰਟ ਕੀਤੀ ਜਾਵੇ ਬਾਕੀ ਜਿਹੜਾ ਨਾਲ ਮੁੰਡੇ ਨੇ ਵਿਆਹ ਕਰਾਇਆ ਉਹ ਵੀ ਧਮਕੀ ਦਿੰਦਾ ਸੀ ਇਹਨੂੰ ਉਹ ਵੀ ਇੱਥੇ ਰਿਪੋਰਟ ਹੋਣਾ ਚਾਹੀਦਾ ਆ ਤੇ ਇਹਨਾਂ ਦੇ ਭਰਾ ਹਾਂਜੀ ਕੇਸ ਨੂੰ ਰਿਪਰੈਜ਼ੈਂਟ ਕਰਦੇ ਪਏ ਨੇ ਹਾਂਜੀ ਵੀਰ ਜੀ ਇਹ ਐਡਵੋਕੇਟ ਰਜੇਸ਼ ਜੀ ਜਿਨ੍ਹਾਂ ਕਿ ਇਹਨਾਂ ਦੇ ਕੇਸ ਨੂੰ ਰਿਪਰੈਜ਼ੈਂਟ ਕਰਦੇ ਪਏ ਇਹ ਕੇਸ ਬੜਾ ਇੱਕ ਮਿਸਟੀਰੀਅਸ ਹੈ ਜਿਹੜਾ ਇੱਕ ਯੰਗ ਲੜਕਾ ਜਿਹਦੀ ਏਜ 35 ਈਅਰ ਓਲਡ ਸੀਗੀ ਭੋਗਾ ਉਹ ਫਗਵਾੜਾ ਦੇ ਘਰ ਦੇ ਵਿੱਚ ਉਹਦੀ ਮਿਸਟੀਰੀਅਸ ਹਾਲਤ 'ਚ ਬੋਡੀ ਮਿਲੀ ਸੀਗੀ ਉਹ ਆਪਣੀ ਵਾਈਫ ਤੋਂ ਵੀ ਕਾਫੀ ਜ਼ਿਆਦਾ ਉਹਨਾਂ ਦੀ ਅਪਟੈਂਸ਼ ਸੀਗਾ ਉਹਦੀ ਵਾਈਫ ਆਪਣੀ ਵਾਈਫ ਨੂੰ ਉੱਥੇ ਲੈ ਕੇ ਗਿਆ ਸੀਗਾ ਯੂ ਐੱਸ ਏ 'ਚ 35 ਲੱਖ ਰੁਪਇਆ ਲਾ ਕੇ ਉਹਦਾ ਪਾਸਪੋਰਟ ਨਾਲ ਟੈਂਪਰਿੰਗ ਹੋਈ ਉਸ ਤੋਂ ਬਾਅਦ ਉਹਦੀ ਵਿਜ਼ਿਟ ਰੁਕ ਗਈ ਅਤੇ ਆਪ ਉਹ ਇੱਥੇ ਸਟੱਕ ਹੋ ਗਿਆ ਲੇਕਿਨ ਲੜਕੀ ਚਲੀ ਗਈ ਆਪਣੀ ਲੜਕੀ ਨੂੰ ਲੈ ਕੇ ਔਰ ਉਸ ਤੋਂ ਬਾਅਦ ਪਤਾ ਲੱਗਾ ਕਿ ਲੜਕੀ ਦੇ ਨੋਨ ਕਾਸਟ ਬੰਦੇ ਦੇ ਨਾਲ ਵਿਆਹ ਕਰਾ ਲਿਆ ਅਤੇ ਮੁੰਡੇ ਨੂੰ ਵੀ ਲੈ ਗਈ ਅਤੇ ਅਸੀਂ ਪੁਲਿਸ ਨੂੰ ਰਿਪ੍ਰੈਜ਼ੈਂਟੇਸ਼ਨ ਦਿੱਤੀਆਂ ਕਾਫੀ ਕਿ ਮੁੰਡਾ ਰੋਕੋ ਇਨਵੈਸਟੀਗੇਸ਼ਨ ਜੁਆਇਨ ਕਰਾਓ ਮਸਲਾ ਸਾਰਾ ਪਤਾ ਇਹਨਾਂ ਕੋਲ ਰਹਿੰਦੇ ਮੁੰਡਾ ਰੋਕੋ ਇਨਵੈਸਟੀਗੇਸ਼ਨ ਜੁਆਇਨ ਕਰਾਓ ਲੇਕਿਨ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਨਹੀਂ ਹੋਈ 174 ਦੀ ਰੂਟੀਨ 'ਚ ਕਾਰਵਾਈ ਕਰਕੇ ਇਹਨੂੰ ਸੂਸਾਈਡ ਦੀ ਸ਼ੇਪ ਦੇ ਦਿੱਤੀ ਪੁਲਿਸ ਕੌਣ ਹੁੰਦੀ ਹੈ ਸੂਸਾਈਡ ਸ਼ੇਪ ਦੇਣ ਦੀ ਜਦ ਤੱਕ ਇੱਕ SIT ਬਣਦੀ ਇਹ ਪੂਰੀ ਜਾਂਚ ਹੁੰਦੀ ਉਹ ਪਤਾ ਲੱਗਦਾ ਕਿ ਡੈਥ ਦਾ ਕਾਰਨ ਕੀ ਸੀਗਾ ਔਰ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰੇ ਸਾਡੀ ਮੀਡੀਆ ਤੋਂ ਰਿਕੁਐਸਟ ਹੈ ਹੰਬਲੀ ਕਿ ਇਹਦੀ ਜਾਂਚ SIT ਕਰੇ
जी तो सी बी आई दिता जाए मामला और इस जी डैथ में सीरीयसली लिया जाए क्योंकि यह सैलीब्रिटी नहीं है इस करके डैथ में सीरीयसली नहीं जा लिया जा रहा साड़ी हम्बली रिक्वेस्ट ये है काफ़ी वैलिड वैलिड पॉइंट हैगा कि जिड़ी डैथ है वो पुलिस किमें डिसाइड कर सकती है कि सुसाइड सीगा तो काफ़ी लीगल पॉइंट हैगा तो मे भी असी कोशिश करा कि जिन्होंने वाई मीडिया के माध्यम तो साढ़े टोरंटो ऑफिस तो भी असी जे पेरेंट्स ने उन्होंने भी राबता मुंडे के जो पेरेंट्स ने कैलीफोर्निया असी राबता करन दी उत्थे भी कोशिश करेंगे तो देखते हैं अगे असी किमें जो प्रेशर ग्रुप बना सकते अगे कुड़ी का पचोला ब्याह पचोले भी नाल आए हुए A South Asian Canadian channel.